ਖੇਡ ਆ ਦਰਦਾ ਨਹੀਂ ਮਾੜਾ ਮੇਰਾ ਸਿੱਧੂ ਮੂਸੇ ਵਾਲਾ ਬਿਲੀ ਫਿੱਟ ਹੋਣ ਦੇ ਟੈਟ ਹੋਣ ਦੇ ਸਾਰੇ ਮਿੱਤਰਾਂ ਦਾ ਵੈਲਕਮ ਜੀ ਆਪਣੇ ਚੈਨਲ ਮੂਸੇ ਵਾਲਾ ਰਿਐਕਸ ਦੇ ਉੱਤੇ ਤੇ ਬਈ ਮੂਸੇ ਵਾਲਾ ਰਿਐਕਸ ਦੇ ਉੱਤੇ ਸਾਰੇ ਵੀਰਾਂ ਨੂੰ ਵੈਲਕਮ ਆ ਤੇ ਸਾਰੇ ਵੀਰਾਂ ਅੱਗੇ ਬੇਨਤੀ ਆ ਕਿ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟਾ ਮਰਾ ਲਓ ਤੇ ਬਈ ਰਿਐਕਸ਼ਨ ਬਾਰੇ ਗੱਲ ਕਰੀਏ ਤਾਂ ਮੈਂ ਰਿਐਕਸ਼ਨ ਲੈ ਕੇ ਆਇਆ ਜੀ ਅੱਜ ਫੈਨ ਆਫ ਮੂਸੇ ਵਾਲਾ ਬਾਏ ਮਨਿੰਦਰ ਜਾਂਗਰਾਂ ਵਾਲਾ ਜਿਹੜਾ ਮਤਲਬ ਗਾਣਾ ਆਇਆ ਬਾਈ ਇਹ ਬਾਈ ਸਿੱਧੂ ਮੂਸੇਵਾਲੇ ਦੇ ਉੱਤੇ ਗਾਇਆ ਗਿਆ ਬਾਈ ਸਿੱਧੂ ਮੂਸੇਵਾਲੇ ਟ੍ਰਿਬਿਊਟ ਕੀਤਾ ਗਿਆ ਅਤੇ ਸੁਣਿਆ ਕਿ ਗੱਲਾਂ ਬਾਤਾਂ ਹੋਈਆਂ ਇਹਦੇ 'ਚ ਅਤੇ ਫਿਰ ਕਰਾਂਗਾ ਸਾਰੇ ਵੀਰਾਂ ਨਾਲ ਐਸਕ ਪਲੇਨ ਅਤੇ ਫਿਰ ਚੱਕੀਏ ਜੀ ਲੈਟ ਗੈਟ ਅਤੇ ਚੈਟ ਮਨਿੰਦਰ ਚੰਗਰਾ ਵਾਲਾ ਬਲੱਡੀ ਬੀਟ ਹੋ ਆਉਂਦੀਆਂ ਚਾਹੇ ਉਕੜਾ ਨਹੀਂ ਪਾਰੀਆਂ ਸੱਚ ਉੱਤੇ ਕਰੂੰਗਾ ਮੈਂ ਗੀਤਕਾਰੀਆਂ ਹੋ ਜਾਣ ਗੀਤ ਭਾਵੇਂ ਪੈਣ ਮਿੱਠੀਏ ਸਿੱਧੂ ਮੂਸੇ ਵਾਲੇ ਦਾ ਮੈਂ ਫੈਨ ਮਿੱਠੀਏ ਮੂਸੇ ਵਾਲੇ ਜੱਟ ਦਾ ਮੈਂ ਫੈਨ ਮਿੱਠੀਏ ਕੀ ਬਾਤ ਹੈ ਇਹ ਬਾਈ ਵੀ ਰਾਗ ਲਾਉਂਦਾ ਜਾ ਜਰਾ ਇਹਨੇ ਲਾਇਆ ਐਂਡ ਦੇ ਨਾ ਪੀਰੇ ਯਾਰ ਦੇਸੀ ਜੀ ਮਾਹੌਲ ਦੀ ਵੀਡੀਓ ਬਣਾਈ ਆ ਲਿਖੂੰਗਾ ਮੈਂ ਕੋੜਾ ਸੱਚ ਨਹੀਂ ਵੈਰੀਆਂ ਤੇ ਚੁੱਭੂੰਗਾ ਮੈਂ ਪਣ ਕੱਚ ਨਹੀਂ ਵੱਡੇ ਖੁੰਡਾ ਦੀਆਂ ਸੀ ਪਵਾਉਂਦਾ ਪੁੱਚੀਆਂ ਕਈ ਵਾਰ ਕੰਧਾ ਟੁੱਟ ਪਈਆਂ ਕੁੱਤੀਆਂ ਖੁੰਡ ਮਤਲਬ ਕੌਣ ਨੇ ਕਈਆਂ ਦੇ ਹਲਾ ਤੇ ਜਤਨੇ ਅਰਬਾਂ ਦੇ ਤਰਲੇ ਪਵਾ ਤੇ ਅਰਬੀ ਕੌਣ ਸੀ ਤੁਹਾਨੂੰ ਵੀ ਪਤਾ ਹੈ ਹੋਣੀ ਕਿੱਥੇ ਹੁਣ ਚੈਨ ਮਿੱਠੀਏ ਸਿੱਧੂ ਮੂਸੇ ਵਾਲੇ ਦਾ ਮੈਂ ਫੈਨ ਮਿੱਠੀਏ ਮੂਸੇ ਵਾਲੇ ਜੱਟ ਦਾ ਮੈਂ ਫੈਨ ਮਿੱਠੀਏ ਬੇਈਮਾਨ ਸਾਰੇ ਬਰਬਾਦੀ ਕਰ ਗਏ ਕੋਲ ਰਹਿ ਰਹਿ ਕੇ ਖਰਾਬੀ ਕਰ ਗਏ ਨਿੱਤ ਗਾਲਾਂ ਲਾਣ ਤਾਂ ਇਹ ਲੈਣ ਮਿੱਠੀਏ ਸਿੱਧੂ ਮੂਸੇ ਵਾਲੇ ਦਾ ਮੂਸੇ ਵਾਲੇ ਜੱਟ ਦਾ ਮੈਂ ਫੈਨ ਮਿੱਠੀਏ ਬਾਈ ਨਾਲ ਦਾ ਰੈਪ ਬੋਲਿਆ ਮਰਦਾ ਮਰ ਗਿਆ ਵਾਕਈ ਨੀ ਲੱਗਿਆ ਤਰੱਕੀਆਂ ਤੋਂ ਦੰਦੇ ਦੰਦੇ ਖੈਣ ਮਿੱਠੀਏ ਸਿੱਧੂ ਮੂਸੇ ਵਾਲੇ ਦਾ ਫੈਨ ਮਿੱਠੀਏ ਮੂਸੇ ਵਾਲੇ ਜੱਟ ਦਾ ਮੈਂ ਫੈਨ ਮਿੱਠੀਏ ਫੈਨ ਆਫ ਮੂਸੇ ਵਾਲਾ ਉਹਨੇ ਉਹਦੇ ਹਾਲ ਹੀ ਮਤਲਬ ਜਿਹੜਾ ਬਾਈ ਨੇ ਦੱਸਿਆ ਮਨਿੰਦਰ ਜਾਂਜਰਾਂ ਵਾਲੇ ਨੇ ਕਿ ਮੈਂ ਉਹਦੇ ਹਾਲ ਹੀ ਸਾਰੀਆਂ ਗੱਲਾਂ ਬਾਤਾਂ ਕਰਨਾ ਉਹਦੇ ਹਾਲ ਹੀ ਪੱਗ ਬੰਨਣਾ ਉਹਦੇ ਸਟਾਈਲ ਜਿਹੜੀ ਮਤਲਬ ਮੰਜੀ ਠੋਕਣਾ ਉਹਨਾਂ ਦੀ ਅਤੇ ਮਤਲਬ ਬਾਈ ਉਹਨੇ ਮਰਦੋਂ ਮਰ ਗਿਆ ਬਾਈ ਪਰ ਦੱਬਿਆ ਨਹੀਂ ਉਹਨੇ ਦੱਸਿਆ ਸੀ ਦੱਬਦੇ ਨਹੀਂ ਅਸੀਂ ਹੈਗੇ ਅਤੇ ਮਰਦੋਂ ਮਰ ਗਿਆ ਪਰ ਦੱਬਿਆ ਨਹੀਂ ਜੱਟ ਹੈਗਾ ਅਤੇ ਜਿਹੜੇ ਬੇਈਮਾਨ ਨਾਲ ਰਹਿ ਕੇ ਮਤਲਬ ਦਾੜੀ ਕਰਕੇ ਲੋਕਾਂ ਨੇ ਮਰਵਾਇਆ ਜਿਹੜੇ ਨਾਲ ਬਹਿੰਦੇ ਸਨ ਮਤਲਬ ਉਹਨੇ ਕੋਈ ਅੰਦਰੋਂ ਖਾਤਾ ਵਜਾ ਹਲਾਇਆ ਅਤੇ ਕੰਮ ਇਹ ਬਣਿਆ ਨਾ ਅਤੇ ਸਰਕਾਰਾਂ ਵੀ ਮਤਲਬ ਹੁਣ ਕੁਝ ਨਹੀਂ ਕਰਨ ਡੀਆਂ ਹੈਗੀਆਂ ਬਸ ਬਹਿੰਦੀਆਂ ਨੇ ਅਤੇ ਜੇ ਦੂ ਉਹ ਪਾਂ ਪੂੰ ਅਤੇ ਲਾ ਲੂੰ ਬਸ ਕਰਕੇ ਹਾਂਜੀ ਅਤੇ ਨਹੀਂ ਇਹ ਫਿਰ ਕੰਮ ਤਾਂ ਨਹੀਂ ਐਸਾ ਹੈਗਾ ਬਾਕੀ ਸਰਕਾਰਾਂ ਨੇ ਲਿਖੀਆਂ ਹੋਈਆਂ ਜਿਹਨਾਂ ਨੂੰ ਕਹਿ ਸਕਦੇ ਹਾਂ ਅਸੀਂ ਜਿਵੇਂ ਬਾਈ ਨੇ ਦੱਸਿਆ ਅਤੇ ਬਾਈ ਉਹਨੇ ਹੈ ਮੈਨੂੰ ਬਾਈ ਨੂੰ ਮਰਵਾਇਆ ਹੈ ਮੈਨੂੰ ਸ਼ੱਕ ਹੈ ਬੇਈਮਾਨ ਨੇ ਅਤੇ ਬੇਈਮਾਨ ਕੌਣ ਨੇ ਬਾਈ ਮੇਰੇ ਨਾਲ ਬੈਠੇ ਤੁਸੀਂ ਜਾਣਦੇ ਹੋ ਕਿ ਬੇਈਮਾਨ ਕੌਣ ਅਤੇ ਤੁਸੀਂ ਖੁਦ
ਇਹਦਾ ਜਵਾਬ ਜਿਹੜਾ ਸਾਨੂੰ ਕਮੈਂਟ ਰਾਹੀਂ ਲਾਜ਼ਮੀ ਦਿਓ ਜੇ ਕਿ ਬਈ ਬੇਈਮਾਨ ਫਲਾਣਾ ਹੈ। ਅਤੇ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਵਿੱਚ, ਅਤੇ ਮੇਰੇ ਜਾਣ ਤੋਂ ਪਹਿਲਾਂ ਸਾਰੇ ਵੀਰ ਅੱਗੇ ਇੱਕ ਰਿਕੁਐਸਟ ਫਿਰ ਜਾਂਦੀ ਰਹੇਗੀ, ਬੇਨਤੀ ਆ ਬੱਬਾ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲੇ ਘੰਟਾ ਦਵਾ ਦਿਓ, ਨਾਲੇ ਆਪਣੀ ਜਿਹੜੀ ਰਿਕੁਐਸਟ ਸੈਂਡ ਕਰੋ ਬਈ ਕਿਸ ਗਾਣੇ ਦੀ ਰਿਐਕਸ਼ਨ ਹੋਣੀ ਚਾਹੀਦੀ। ਉਮੀਦ ਇਨਸ਼ਾਅੱਲਾ ਛੇਤੀ ਤੋਂ ਛੇਤੀ ਉਹਦੇ ਰਿਐਕਸ਼ਨ ਆਏਗਾ। ਸਾਨੂੰ ਤਾਂ ਮਿੱਤਰੋ ਜ਼ਿਆਦਾ ਸਾਡੇ ਵੱਲੋਂ ਹੋ ਗਿਆ ਜੀ, ਲਵ ਯੂ ਜੀ।